ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਜੀ ਜਿਵੇਂ ਮੌਸਮ ਬਦਲਦਾ ਤੇ ਉਵੇਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਆ ਗਈਆਂ ਜੀ ਤੇ ਉਹਨਾਂ ਨੇ ਆਪਾਂ ਨੂੰ ਪਰੇਸ਼ਾਨ ਵੀ ਬਹੁਤ ਕਰ ਰੱਖਿਆ ਹੈਗਾ ਪਹਿਲੀ ਬਿਮਾਰੀ ਤਾਂ ਜਿਹੜੀ ਆਈ ਹੈਗੀ ਹੈ ਜੀ ਬੁਖਾਰ ਚੜਦਾ ਖਾਂਸੀ ਜ਼ੁਖਾਮ ਹੁੰਦਾ ਤੇ ਗਲੇ ਨੂੰ ਸੋਜਨ ਆ ਜਾਂਦੀ ਹੈ ਗਲਾ ਕਾਫੀ ਖਰਾਬ ਹੋ ਜਾਂਦਾ ਜਿਹੜਾ ਕਿ ਉਸ ਤੋਂ ਬਾਅਦ ਉਹ ਇਨਫੈਕਸ਼ਨ ਫੈਲਦਾ ਫੈਲਦਾ ਬਹੁਤ ਜ਼ਿਆਦਾ ਫੈਲ ਜਾਂਦਾ ਤੇ ਇੱਕ ਆਪਣੇ ਆ ਗਿਆ ਜੀ ਬੁਖਾਰ ਦੇ ਨਾਲ ਗੋਡੇ ਦੁਖਦੇ ਆ ਪਹਿਲਾਂ ਗੋਡੇ ਦੁਖਦੇ ਆ ਪਹਿਲਾਂ ਬੁਖਾਰ ਨਹੀਂ ਹੁੰਦਾ ਜੀ ਪਹਿਲਾਂ ਗੋਡੇ ਦੁਖਦੇ ਨੇ ਗੋਡਿਆਂ ਤੋਂ ਬਾਅਦ ਫਿਰ ਹੌਲੀ-ਹੌਲੀ ਮਤਲਬ ਪੈਰਾਂ 'ਚ ਦਰਦ ਚ ਚੰਨਿਆ ਜਾਂਦਾ ਫਿਰ ਹੱਥਾਂ-ਵਾਹਾਂ ਦੇ ਵਿੱਚ ਹੋ ਜਾਂਦਾ ਕਾਫੀ ਜੋੜਾਂ 'ਚ ਦਰਦ ਜਦੋਂ ਹੋਣ ਲੱਗ ਜਾਂਦਾ ਜਕੜਨ ਹੋ ਜਾਂਦੀ ਆ ਉਹਦੇ ਨਾਲ ਫਿਰ ਆਪਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਣੇ ਪਲੇਟ ਰੈਲਸ ਡਾਊਨ ਹੋ ਜਾਂਦੇ ਨੇ ਬੁਖਾਰ ਨਹੀਂ ਉਤਰਦਾ ਜੀ ਕਈ ਕਈ ਦਿਨ ਨਹੀਂ ਬੁਖਾਰ ਉਤਰਦਾ ਜੀ ਨੂੰ ਇੱਕ ਵਾਰੀ ਬੁਖਾਰ ਹੋ ਗਿਆ ਫਿਰ ਇਹ ਕਈ ਦਿਨ ਨਹੀਂ ਉਤਰਦਾ ਹੈਗਾ ਆਪਾਂ ਅੱਜ ਤੁਹਾਨੂੰ ਉਹਨਾਂ ਬਾਰੇ ਕੁਝ ਥੋੜੇ ਜਿਹਾ ਘਰੇਲੂ ਟੋਟਕੇ ਦੱਸਾਂਗੇ ਜਿਹੜੇ ਕੀ ਤੁਸੀਂ ਉਹੋ ਅਪਣਾਓਗੇ ਤਾਂ ਤੁਹਾਨੂੰ ਕਾਫੀ ਉਹਦੇ ਨਾਲ ਫਰਕ ਪੈ ਜਾਊਗਾ ਆਪਾਂ ਨੇ ਕੀ ਕਰਨਾ ਹੈਗਾ ਜੀ ਜੇ ਅਗਰ ਤੁਹਾਨੂੰ ਬੁਖਾਰ ਹੁੰਦਾ ਹੈ ਤੁਹਾਨੂੰ ਪਤਾ ਲੱਗ ਗਿਆ ਵੀ ਮੈਨੂੰ ਜਕੜਨ ਹੋਣ ਲੱਗ ਗਈ ਤੁਸੀਂ ਉਸੇ ਟਾਈਮ ਕੀ ਕਰਨਾ ਪਪੀਤੇ ਦਾ ਪੱਤਾ ਲੈ ਲਓ ਤੇ ਗਲੋ ਲੈ ਲਓ ਅਗਰ ਤਾਂ ਤੁਸੀਂ ਰਗੜ ਕੇ ਇਹਦਾ ਰਸ ਕੱਢ ਲਓਗੇ ਤਾਂ ਬਹੁਤ ਵਧੀਆ ਗੱਲ ਹੈ ਅਗਰ ਤੁਸੀਂ ਰਗੜ ਕੇ ਇਹਦਾ ਰਸ ਨਹੀਂ ਕੱਢ ਸਕਦੇ ਤਾਂ ਤੁਸੀਂ ਪਪੀਤੇ ਦਾ ਪੱਤਾ ਤੇ ਗਲੋ ਨੂੰ ਉਬਲਣਾ ਰੱਖ ਦਿਓ ਜੀ ਗਲਾਸ ਪਾਣੀ ਦੇ ਵਿੱਚ ਜਦੋਂ ਚੰਗੀ ਤਰ੍ਹਾਂ ਉਹਨੇ ਹਵਾਲੇ ਖਾ ਲੇ ਤਾਂ ਉਹ ਤੇ ਤੁਹਾਨੂੰ ਪਤਾ ਲੱਗ ਗਿਆ ਵੀ 2-3 ਚਮਚੇ ਇਹ ਪਾਣੀ ਬਚ ਗਿਆ ਤੇ ਉਹਨੂੰ ਪੁਣ ਕੇ ਤੁਸੀਂ ਪੀ ਲਓ ਜੀ ਉਹਦੀਆਂ ਘੁੱਟਾਂ ਭਰ ਲਓ ਦਿਨ ਦੇ ਵਿੱਚ ਦੋ ਵਾਰੀ ਪੀਓ ਸਵੇਰੇ ਸ਼ਾਮ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ ਫਰਕ ਪੈ ਜੂਗਾ ਜੀ ਬੁਖਾਰ ਉਤਰਨ ਲੱਗ ਜੂਗਾ ਤੇ ਜੋੜਾਂ ਦੀ ਜਕੜਨ ਸਹੀ ਹੋ ਜੂਗੀ ਮੈਂ ਪਹਿਲਾਂ ਵੀ ਇਹ ਵੀਡੀਓ ਪਾਈ ਸੀ ਅੱਜ ਦੁਬਾਰਾ ਮੇਰੇ ਵੀਡੀਓ ਪਾਉਣ ਦਾ ਇਹ ਮਕਸਦ ਸੀ ਕਿਉਂਕਿ ਬਿਮਾਰੀ ਬਹੁਤ ਫੈਲ ਰਹੀ ਪਈ ਆ ਇਹ ਤੁਸੀਂ ਪਹਿਲਾਂ ਵੀ ਇਲਾਜ ਕਰਨਾ ਸ਼ੁਰੂ ਕਰ ਦਿਓ ਜੀ ਆਪ ਦਾ ਕੋ ਜਰੂਰੀ ਨਹੀਂ ਵੀ ਆਪਾਂ ਬੁਖਾਰ ਚੜੇ ਤਾਂ ਹੀ ਆਪਾਂ ਮਤਲਬ ਕਿ ਕੋਈ ਦਵਾਈ ਲੈਣੀ ਹੈ ਜੇ ਤੁਸੀਂ ਗਲੋ ਤੇ ਪਪੀਤਾ ਪਹਿਲਾਂ ਪੀਣ ਲੱਗੇ ਤਾਂ ਪ੍ਰਮਾਤਮਾ ਦੀ ਦਿਆ ਨਾਲ ਤੁਹਾਡੇ ਬੁਖਾਰ ਨੇੜੇ ਵੀ ਨਹੀਂ ਆਉਣਾ ਜੀ ਤੇ ਕਿਉਂਕਿ ਆਪਣੀ ਇਮਿਊਨਿਟੀ ਪਾਵਰ ਘਟ ਜਾਂਦੀ ਹੈ ਇਹ ਆਪਣੀ ਪਾਵਰ ਨੂੰ ਬੋਡੀ ਦੀ ਪਾਵਰ ਨੂੰ ਵਧਾਉਂਦੇ ਆ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਦੱਸ ਰਹੀ ਹਾਂ ਵੀ ਤੁਸੀਂ ਇਹ ਖਾਣਾ ਪੀਣਾ ਸਟਾਰਟ ਕਰ ਦਿਓ ਜੀ ਬਹੁਤ ਫਰਕ ਪਊਗਾ ਅਗਰ ਗਲਾ ਜਾਦੇ ਖਰਾਬ ਹੁੰਦਾ ਗਲੇ ਸੋਜਨ ਹੋ ਜਾਂਦੀ ਹੈ ਜੀ ਇੱਥੋਂ ਕਈਆਂ ਦੇ ਮਤਲਬ ਮੇਰੇ ਕੋਲੇ ਰਿਪੋਰਟ ਆਈ ਹੈ ਕਈਆਂ ਦੇ ਗਲੇ ਸੁੱਜ ਗਏ ਜੀ ਇੱਥੋਂ ਕਾਫੀ ਹੱਦ ਤੱਕ ਮਤਲਬ ਇਹ ਬਿਮਾਰੀ ਫੈਲ ਜਾਂਦੀ ਹੈ ਤੁਸੀਂ ਕੀ ਕਰਨਾ ਗਰਮ ਚੀਜ਼ ਹੀ ਖਾਣੀ ਜੀ ਛੰਡੀ ਨਹੀਂ ਕੋਈ ਖਾਣੀ ਤੁਸੀਂ ਗਰਮ ਪਾਣੀ ਮਤਲਬ ਕਰਕੇ ਉਹਨੂੰ ਉਹਦੇ ਵਿੱਚ ਕੋਈ ਕੱਪੜਾ ਗਰਮ ਆਪਣੇ ਜਿਵੇਂ ਰਮਾਲ ਵਗੈਰਾ ਉਹਦੇ ਵਿੱਚ ਭਿਓ ਕੇ ਚੰਗੀ ਤਰ੍ਹਾਂ ਨਿਚੋੜ ਕੇ ਤੇ ਉਹਨੂੰ ਗਰਮ ਪਾਣੀ ਦਾ ਥੋੜਾ ਥੋੜਾ ਸੇਕ ਦੇਣਾ ਐ ਇਸ ਤਰ੍ਹਾਂ ਤੁਸੀਂ ਉਹਨੂੰ ਰਮਾਲ ਦੇ ਨਾਲ ਉਹਨੂੰ ਗਿੱਲਾ ਜਿਆਦਾ ਮਤਲਬ ਪਾਣੀ ਨਾ ਹੋਵੇ ਉਹਦੇ ਵਿੱਚ ਚੰਗੀ ਤਰ੍ਹਾਂ ਨਿਚੋੜ ਕੇ ਉਹਨੂੰ ਪਾਣੀ ਨੂੰ ਰਮਾਲ ਨੂੰ ਤੇ ਉਹਦੇ ਨਾਲ ਸੇਕਾ ਦੇਣਾ ਸਟਾਰਟ ਕਰੋ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ ਫਰਕ ਪੈ ਜਾਊਗਾ ਤੇ ਥੋੜਾ ਜਿਹਾ ਠੰਡੀਆਂ ਚੀਜ਼ਾਂ ਦਾ ਪ੍ਰਹੇਜ ਰੱਖੋ ਜੀ ਗਰਮ ਚੀਜ਼ਾਂ ਖਾਓ ਥੋੜੀਆਂ ਥੋੜੀਆਂ ਇੰਨੀ ਵੀ ਗਰਮ ਨਾ ਖਾਓ ਵੀ ਤੁਹਾਨੂੰ ਗਰਮੀ ਹੋ ਜੇ ਪਰ ਠੰਡੀ ਚੀਜ਼ ਨਾ ਕੋਈ ਖਾਓ ਠੰਡੀ ਚੀਜ਼ ਨਾਲ ਗਲਾਂ ਨੂੰ ਸੋਜਣ ਜ਼ਿਆਦਾ ਹੁੰਦੀ ਹੈ ਗਰਮ ਨਾਲ ਥੋੜਾ ਜਿਹਾ ਮਤਲਬ ਕਿ ਉਹਦਾ ਸਿਕਾਈ ਹੋ ਜਾਂਦੀ ਹੈ ਤੇ ਉਹ ਠੀਕ ਹੋ ਜਾਂਦਾ ਹੈਗਾ ਥੋੜਾ ਜਿਹਾ ਧਿਆਨ ਰੱਖੋ ਜੀ ਬਿਮਾਰੀਆਂ ਬਹੁਤ ਮਤਲਬ ਕਿ ਹੁਣ ਆਪਣੇ ਤੇ ਜ਼ੋਰ ਪਾ ਰਹੀਆਂ ਜਿਵੇਂ ਕਰੋਨਾ ਆਇਆ ਸੀ ਓਵੇਂ ਹੁਣ ਇਹ ਬਿਮਾਰੀ ਵੀ ਆ ਗਈ ਜਿਹਨੂੰ ਕਿ ਆਪਣੇ ਪਿੰਡਾਂ ਵਿੱਚ ਤਾਂ ਗੋਡਾ ਤੋੜ ਬੁਖਾਰ ਬੋਲ ਦਿੰਦੇ ਨੇ ਵਾਇਰਲ ਹੈ ਜੀ ਇਹ ਫੈਲਿਆ ਹੋਇਆ ਤੇ ਇੱਕ ਦੂਜੇ ਤੋਂ ਵੀ ਹੋ ਜਾਂਦਾ ਹੈ ਜਿਹੜੇ ਪਰਿਵਾਰ ਦੇ ਵਿੱਚ ਇੱਕ ਵਾਰੀ ਚਲਿਆ ਗਿਆ ਉਹ ਫਿਰ ਸਾਰੇ ਪਰਿਵਾਰ ਨੂੰ ਹੀ ਲੈ ਕੇ ਜਾਂਦਾ ਇਹ ਇੱਕ ਦੂਜੇ ਤੋਂ ਹੋ ਜਾਂਦਾ ਜੀ ਵਾਇਰਸ ਆ ਥੋੜਾ ਜਿਹਾ ਧਿਆਨ ਰੱਖੋ ਤੇ ਆਪਦੇ ਕੱਪੜਿਆਂ ਦਾ ਵੀ ਧਿਆਨ ਰੱਖੋ ਜੀ ਤੇ ਖਾਣੇ ਪੀਣੇ ਦਾ ਵੀ ਧਿਆਨ ਰੱਖੋ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੀਆਂ ਗੱਲਾਂ ਇਹ ਵਧੀਆਂ ਲੱਗੀਆਂ ਹੋਣਗੀਆਂ ਸਮਝ ਵੀ ਆ ਗਈਆਂ ਹੋਣਗੀਆਂ ਤੇ ਤੁਸੀਂ ਉਵੇਂ ਖਾਣਾ ਪੀਣਾ ਸਟਾਰਟ ਕਰ ਦਿਓ ਜੀ ਤੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਵੱੱਟ ਵੱੱਟ ਸ਼ੇਅਰ ਕਰ ਦਿਓ ਜੀ ਠੀਕ ਹੈ ਜੀ ਧੰਨਵਾਦ